ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੁਧਿਆਣਾ ਦੌਰੇ ਤੇ ਨੇ, ਜਿੱਥੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨਗੇ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਕੈਪਟਨ ਅਮਰਿੰਦਰ ਸਿੰਘ ਲੁਧਿਆਣਾ ਦੇ PAU ਖੇਤੀਬਾੜੀ ਯੂਨੀਵਰਸਿਟੀ ਵਿੱਚ ਪਹੁੰਚ ਚੁੱਕੇ ਨੇ, ਜਿੱਥੇ ਉਹ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਉਹਨਾਂ ਵੱਲੋਂ ਨੌਰਥ ਇੰਡੀਆ ਦੇ ਸਭ ਤੋਂ ਵੱਡੇ ਪਸ਼ੂ ਹੋਸਪਿਟਲ ਦਾ, ਜੋ ਨਵਾਂ ਪਸ਼ੂ ਹੋਸਪਿਟਲ ਗਡਵਾਸੂ ਵੱਲੋਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਵੱਲੋਂ ਬਣਾਇਆ ਗਿਆ, ਉਸਦਾ ਉਦਘਾਟਨ ਕੀਤਾ। ਅਤੇ ਹੁਣ ਉਹਨਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦੇ ਵਿੱਚ ਪਹੁੰਚ ਚੁੱਕੇ ਨੇ, ਅਤੇ ਪ੍ਰਦਰਸ਼ਨੀ ਦੇ ਵਿੱਚ ਲੱਗੀਆਂ ਜਿਹੜੀਆਂ ਨਵੇਂ ਜੋ ਤਕਨੀਕਾਂ ਦੀ ਉਤਪਾਦ ਉਹਨਾਂ ਦੀ ਇਜਾਦ ਕੀਤਾ ਸੀ, ਉਸਦਾ ਜਾਇਜ਼ਾ ਲੈ ਰਹੇ ਨੇ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਨੇ, ਅਤੇ ਮੀਡੀਆ ਨੂੰ ਕਾਫੀ ਦੂਰ ਤੋਂ ਹੀ ਕਵਰੇਜ ਵਾਸਤੇ ਸਥਾਨ ਦਿੱਤਾ ਗਿਆ ਇਸ ਅੱਜ ਦੇ ਕੈਪਟਨ ਅਮਰਿੰਦਰ ਸਿੰਘ ਦੇ ਲੁਧਿਆਣਾ ਦੌਰੇ ਦਾ। ਅਤੇ ਕਿਸੇ ਵੀ ਤਰ੍ਹਾਂ ਦੀ ਮੀਡੀਆ ਅਟਰੈਕਸ਼ਨ ਅੱਜ ਦੇ ਦੌਰੇ ਦੀ ਨਹੀਂ ਰੱਖੀ ਗਈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕੈਪਟਨ ਅਮਰਿੰਦਰ ਸਿੰਘ ਜੋ ਗਡਵਾਸੂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਸੀਗੀ, ਪਿਛਲੇ 5 ਸਾਲਾਂ ਦੇ ਵਿੱਚ ਨਵੀਆਂ ਤਕਨੀਕਾਂ ਇਜਾਦ ਕੀਤੀਆਂ ਗਈਆਂ ਸੀ, ਉਸ ਨੂੰ ਇੱਥੇ ਪ੍ਰਦਰਸ਼ਿਤ ਕੀਤਾ ਗਿਆ, ਉਸਦਾ ਜਾਇਜ਼ਾ ਲੈ ਰਹੇ ਨੇ। ਅਤੇ ਉਸ ਤੋਂ ਥੋੜ੍ਹੀ ਦੇਰ ਪਹਿਲਾਂ ਉਹਨਾਂ ਵੱਲੋਂ ਜੋ ਗਡਵਾਸੂ ਵੱਲੋਂ ਇੱਕ ਨਵਾਂ ਪਸ਼ੂ ਹੋਸਪਿਟਲ ਦਾ ਉਦਘਾਟਨ ਉਹਨਾਂ ਵੱਲੋਂ ਕੀਤਾ ਗਿਆ, ਜੋ ਕਿ ਦੱਸਿਆ ਜਾ ਰਿਹਾ ਕਿ ਨੌਰਥ ਇੰਡੀਆ ਦਾ ਸਭ ਤੋਂ ਵੱਡਾ ਹੋਸਪਿਟਲ ਹੈ, ਜਿੱਥੇ ਨਵੀਆਂ ਤਕਨੀਕਾਂ ਦੇ ਨਾਲ ਕਾਫੀ ਮਸ਼ੀਨਰੀ ਲਗਾਈ ਗਈ ਹੈ। ਅਤੇ 14 ਕਰੋੜ ਰੁਪਏ ਇਸ ਹੋਸਪਿਟਲ ਦੀ ਲਾਗਤ ਦੱਸੀ ਜਾ ਰਹੀ ਹੈ ਕਿ ਇਸ ਹੋਸਪਿਟਲ ਨੂੰ ਬਣਾਉਣ ਦੇ ਵਿੱਚ 14 ਕਰੋੜ ਰੁਪਏ ਲਾਗਤ ਲੱਗੀ ਹੈ। ਅਤੇ ਲਗਾਤਾਰ ਪੰਜਾਬ ਦੇ ਵਿੱਚ ਜੋ ਪਸ਼ੂਆਂ ਨੂੰ ਲੈ ਕੇ ਨਵੀਆਂ ਤਕਨੀਕਾਂ ਦੇ ਨਾਲ ਉਹਨਾਂ ਦੇ ਇਲਾਜ ਵਾਸਤੇ ਇਸ ਪਸ਼ੂ ਹੋਸਪਿਟਲ ਦੀ ਲੋੜ ਸੀਗੀ, ਜੋ ਅੱਜ ਉਸਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ 2 ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨਗੇ, ਅਤੇ ਕੈਪਟਨ ਅਮਰਿੰਦਰ ਸਿੰਘ ਸ਼ਾਮ 4 ਵਜੇ ਇੱਥੋਂ ਲੁਧਿਆਣੇ ਆਪਣਾ ਦੌਰੇ ਦਾ ਸਮਾਪਤੀ ਕਰ ਵਾਪਸ ਚੰਡੀਗੜ੍ਹ ਵੱਲ ਨੂੰ ਜਾਣਗੇ। ਪਰ ਅੱਜ ਦੇ ਇਸ ਦੌਰੇ ਨੂੰ ਲੈ ਕੇ ਕਾਫੀ ਸਖਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ, ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੀਡੀਆ ਅਟਰੈਕਸ਼ਨ ਜੋ ਇਸ ਦੌਰੇ ਦੇ ਵਿੱਚ ਨਹੀਂ ਰੱਖੀ ਗਈ ਹੈ, ਅਤੇ ਮੀਡੀਆ ਤੋਂ ਦੂਰੀ ਬਣਾਏ ਰੱਖਣਗੇ ਕੈਪਟਨ ਅਮਰਿੰਦਰ ਸਿੰਘ। ਅਤੇ ਅੱਜ ਦੇ ਜੋ ਦੌਰੇ ਨੂੰ ਲੈ ਕੇ ਸੁਰੱਖਿਆ ਦੇ ਵੀ ਕਾਫੀ ਕੜੇ ਪ੍ਰਬੰਧ ਨੇ, ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਸੁਰੱਖਿਆ ਦੇ ਪ੍ਰਬੰਧ ਸਥਾਨੀ ਪ੍ਰਸ਼ਾਸਨ ਵੱਲੋਂ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਿਕਿਉਰਟੀ ਵੱਲੋਂ ਕੀਤੇ ਗਏ ਨੇ। ਕੈਪਟਨ ਅਮਰਿੰਦਰ ਸਿੰਘ ਜੋ ਪ੍ਰਦਰਸ਼ਨੀ ਦਾ ਜਾਇਜ਼ਾ ਲੈ ਰਹੇ ਨੇ, ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਅਤੇ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਅੱਜ ਕੈਪਟਨ ਅਮਰਿੰਦਰ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਗਡਵਾਸੂ ਦੇ 2 ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨ ਵਾਸਤੇ ਲੁਧਿਆਣਾ ਦੇ ਵਿੱਚ ਹੀ ਰਹਿਣਗੇ। ਕੈਮਰਾਮੈਨ ਰੋਜ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ TV ਲੁਧਿਆਣਾ।